बेटी ने लड़ते थे कि तेनू बाहर नहीं जान देना, दोबारा कनेडा नहीं जान देना। उहदे च उन्होंने मुलाजम के भी कपड़े कुपड़े पाड़ते, पग ला दिती। लाइसेंस भी जब्त हो जाए, इन्हां दा दोवां जीआं दा टेस्ट होवे, इहदे दोवें मुंडे भी नाल सी, निशानदीप सिंह ਸਾਡੇ ਜਾਣ ਤੋਂ ਪਹਿਲਾਂ ਹੀ ਜਿਹੜਾ ਵਾ ਹਰਪਾਲ ਸਿੰਘ ਨੇ ਜਿਹੜੇ ਉਹਨਾਂ ਦੇ ਫਾਇਰ ਕਰਤਾ, ਅਤੇ ਇੱਕ ਉਹਦੇ ਲੜਕੇ ਨੇ ਫਾਇਰ ਕੀਤਾ। ਹਾਂਜੀ ਆਂਟੀ, ਕੀ ਨਾਮ ਹੈ? ਮੇਰਾ ਨਾਮ ਪਿੰਡ ਕਿਹੜਾ? ਕੀ ਗੱਲਬਾਤ ਹੋਈ ਹੈ ਜਿਹੜੀ ਅੱਜ ਹਸਪੀਟਲ ਦਾਖਲ ਹੋਏ? ਗੱਲਬਾਤ ਕੋਈ ਨਹੀਂ, ਇਹ ਕੱਲ੍ਹ ਦੇ ਸਾਡੇ ਨਾਲ ਲੜਨ ਨੂੰ ਫਿਰਦੇ ਸੀ, ਬੇਟੀ ਨਾਲ ਲੜਦੇ ਸੀ ਕਿ ਮੇਰੇ ਨਾਲ ਨਹੀਂ ਸੀ ਲੜਦੇ, ਬੇਟੀ ਨਾਲ ਲੜਦੇ ਸੀ ਕਿ ਤੈਨੂੰ ਬਾਹਰ ਨਹੀਂ ਜਾਣ ਦੇਣਾ, ਦੁਬਾਰਾ ਕਨੇਡਾ ਨਹੀਂ ਜਾਣ ਦੇਣਾ। ਕੌਣ ਲੜਦਾ ਸੀਗਾ? ਇਹ ਹਰਪਾਲ ਸਿੰਘ ਗੁਰਸਾਹਿਬ ਸਿੰਘ ਹੈ, ਇਹ ਆਪਣੇ ਆਪ ਨੂੰ ਲਿਖਦਾ, ਲੇਕਿਨ ਇਹ ਹਰਪਾਲ ਸਿੰਘ ਹੈ। ਇਹ ਆਪਣੇ ਸ਼ਹੀਦ ਹੋਏ ਭਰਾ ਦੇ ਨਾਂ 'ਤੇ ਜੀਉਂਦੇ ਆ। ਉਹਦਾ ਨਾਂ ਗੁਰਸਾਹਿਬ ਸਿੰਘ ਸੀ, ਇਹਦਾ ਨਾਂ ਹਰਪਾਲ ਸਿੰਘ ਸੀ। ਇਹ ਗੁਰਸਾਹਿਬ ਸਿੰਘ ਜਿਹੜਾ ਸੀ, ਇਹ ਹਰਪਾਲ ਸਿੰਘ ਦੇ ਨਾਂ 'ਤੇ ਭਰਤੀ ਹੋਇਆ ਸੀ। ਹੁਣ ਇਹ ਜਿੰਦਾ ਜਿਹੜਾ ਇਹ ਆਪਣੇ ਆਪ ਨੂੰ ਗੁਰਸਾਹਿਬ ਸਿੰਘ ਲਿਖਦਾ, ਪਰ ਇਹ ਹੈਗਾ ਹਰਪਾਲ ਸਿੰਘ। ਕੀ ਗੱਲ ਕੀ ਹੋਈ? ਗੱਲ ਕੁਛ ਨਹੀਂ ਹੋਈ, ਅਸੀਂ ਆਪਣੇ ਘਰ ਸਾਗ ਤੋੜਦੇ ਸੀ ਅਤੇ ਬੇਟੀ ਦੇ ਨਾਲ ਝਗੜੀ ਆ, ਇਹ ਕੰਧ ਉੱਤੇ ਇੱਕ ਪਰਸੋਂ ਦੀ ਬੇਟੀ ਦੇ ਪਿੱਛੇ ਪਈ ਸੀ, ਪਰਸੋਂ ਮੈਨੂੰ ਵੇਖ ਕੇ ਪਿਛਾਂਹ ਮੁੜ ਗਈ ਹੈ। ਅਤੇ ਇਹ ਕੱਲ੍ਹ ਦੇ 12 ਕੁ ਵਜੇ ਨਾ ਇੱਕ ਮਲਵੀ ਸਿੰਘ ਵਾਲੀ ਨਹੁੰ ਦੇ ਸਾਗ ਤੋੜਨ ਲੱਗ ਪਈਆਂ, ਉੱਥੇ ਲੱਗ ਗਈ, ਇਹ ਕੰਧ ਉੱਤੇ ਆਣ ਕੇ ਇਹਨਾਂ ਨਾਲ ਝਗੜੀ ਹੈ ਬੇਟੀ ਦੇ ਨਾਲ। ਹਰਪਾਲ ਸਿੰਘ ਦੀ ਪਤਨੀ? ਪਤਨੀ ਬਲਵਿੰਦਰ ਕੌਰ। ਉਹ ਸਮੈਕ ਪੀਂਦੀ ਆ, ਸ਼ਰਾਬ ਵੀ ਪੀਂਦੀ ਹੈ, ਨਸ਼ਾ ਕਰਦੀ, ਗੋਲੀਆਂ ਵੀ ਖਾਂਦੀ ਹੈ। ਅੱਜ ਫਿਰ ਕੀ ਗੱਲ ਹੋਈ? ਅੱਜ ਕੁਛ ਨਹੀਂ, ਅੱਜ ਸਵੇਰ ਦਾ ਉਹ ਗਾਲਾਂ ਕੱਢਦਾ ਸੀ ਸ਼ਰਾਬ ਪੀ ਕੇ ਸਾਨੂੰ। ਅੱਛਾ। ਜਦੋਂ ਜਿਹੜਾ ਗਾਲਾਂ ਕੱਢਦਾ ਸੀ, ਮੈਂ ਕਿਸੇ ਗੁਆਂਢੀ ਦੇ ਘਰ ਗਈ ਸੀ ਲਾਗੇ, ਮੈਨੂੰ ਜ਼ਰੂਰੀ ਕੰਮ ਸੀ, ਅਤੇ ਮੈਂ ਜਦੋਂ ਆਈ ਹਾਂ, ਮੇਰੇ ਆਉਂਦਿਆਂ ਨੂੰ ਇਹ ਇੱਕ ਦੂਜੇ ਦੇ ਮੂੰਹ ਵਾਲੇ ਵੇਹਦੇ, ਪਰ ਇਹਨਾਂ ਮੈਨੂੰ ਦੱਸਿਆ ਨਹੀਂ ਵੀ ਕੀ ਹੋਇਆ। ਇਹਨਾਂ ਨੇ ਲੈਣ 'ਤੇ ਕਾਲ ਕਰਤੀ, ਉਹਨਾਂ ਕਿਹਾ ਮੁਲਾਜ਼ਮ ਆ ਗਏ ਆ, ਅਤੇ ਰੌਲਾ ਪਿਆ, ਅਤੇ ਮੈਂ ਰਸੋਈ 'ਚੋਂ ਆਵਾਜ਼ ਦਿੱਤੀ, ਮੈਂ ਕੀ ਹੋਇਆ, ਮੈਂ ਕੌਣ ਆ ਇੱਥੇ, ਰੌਲਾ ਕਹਿੰਦਾ ਪੈਂਦੇ ਆ, ਅਤੇ ਇਹ ਜਿਹਨਾਂ ਦੱਸਿਆ ਨਹੀਂ ਬੱਚਿਆਂ ਨੇ, ਉਹਨਾਂ ਜੇ ਇਹਨੂੰ ਆਹਦੇ ਪਾਸੇ ਆਹ ਗੱਲ ਹੋਈ, ਇਹਨੇ ਮੈਨੂੰ ਦੱਸ ਦਿੱਤਾ ਵਾ, ਅਤੇ ਮੈਂ ਇਹਨਾਂ ਨੇ ਉਰੇ ਆ ਜਾਓ। ਉਹਦੇ 'ਚ ਉਹਨੇ ਮੁਲਾਜ਼ਮ ਦੇ ਵੀ ਕੱਪੜੇ ਕੁੱਪੜੇ ਪਾੜਦੇ, ਪੱਗ ਲਾ ਦਿੱਤੀ। ਅੱਛਾ, ਮੁਲਾਜ਼ਮ ਦੇ ਮੁਲਾਜ਼ਮ ਦੇ ਵੀ ਗੱਲ ਪੈ ਗਿਆ, ਉਹ ਤੋਂ ਲਿਆ ਕੇ ਦੰਦਾਲੀ 'ਤੇ ਸਿੱਧੀਆਂ ਬੋਲੀਆਂ ਨੇ ਸਾਡੇ ਘਰ ਖਲੋਤਿਆਂ ਦੀ ਉਸ ਦੀ ਮੌਜੂਦਗੀ 'ਚ, ਮੌਜੂਦਗੀ ਦੇ ਵਿੱਚ ਕਿੰਨੇ ਜਣੇ ਦੇ ਲੱਗੇ ਆ ਤੁਹਾਡੇ? ਪਤਾ ਨਹੀਂ ਉਹਨਾਂ ਦੇ ਕਿੰਨੇ ਜਣੇ ਦੇ ਲੱਗੀ, ਗੋਲੀ ਉਹਨਾਂ ਦੇ ਵੀ ਲੱਗੀ ਇੱਕ ਜਣੇ। ਸਾਡੇ ਵੀ ਛੇ ਵੱਜੇ? ਹਾਂ, ਮੇਰੀ ਆ ਬਾਂਹ 'ਤੇ ਵੱਜੇ। ਤੁਹਾਡੀ ਬੇਟੀ ਦੇ ਵੱਜੇ? ਬੇਟੀ ਦੇ ਵੱਜੇ। ਬੇਟੇ ਦੇ? ਬੇਟੇ ਦੇ ਪੈਰ ਲੱਤ 'ਚ ਵੱਜੇ। ਹੁਣ ਪੁਲਿਸ ਨੇ ਕੀ ਆਸ਼ਵਾਸਨ ਦਵਾਇਆ? ਉਹਨਾਂ ਨੇ ਕਿਹਾ ਵਾ ਕਿ ਮਤਲਬ ਅਸੀਂ ਕਾਰਵਾਈ ਕਰਾਂਗੇ, ਮਤਲਬ ਖੂਨ ਉਹਨਾਂ ਦਾ ਆਇਆ ਸਨ। ਭਰੋਸਾ ਪੁਲਿਸ ਨੇ ਕਰਨੀ ਕਰੇਗੀ? ਹਾਂ ਕਰੇ, ਚਲੋ ਵੇਖੋ ਉਹ ਕੀ ਕਰਦੇ ਹੁਣ, ਇਹ ਸੀ ਮੈਂ ਕੁਛ ਕਹਿ ਸਕਦੀ। ਉਹ ਤਾਂ ਸਰਕਾਰ ਤੋਂ ਕੀ ਮੰਗ ਕਰਦੇ? ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਇਹਦਾ ਲਾਇਸੈਂਸ ਵੀ ਜ਼ਬਤ ਹੋ ਜਾਏ, ਇਹਨਾਂ ਦਾ ਦੋਵਾਂ ਜੀਆਂ ਦਾ ਟੈਸਟ ਹੋਵੇ, ਇਹਦੇ ਦੋਵੇਂ ਮੁੰਡੇ ਵੀ ਨਾਲ ਸੀ, ਨਿਸ਼ਾਨਦੀਪ ਸਿੰਘ ਅਤੇ ਹਰਮਨਦੀਪ ਸਿੰਘ, ਇਹ ਵੀ ਦੋਵੇਂ ਨਾਲ ਸੀ। ਪੁਲਿਸ ਦੇ ਗੱਲ ਇਹ ਵੀ ਪਏ, ਇਹਦੇ ਬੱਚੇ ਦੋਵੇਂ ਚਾਰੇ ਜਾਣੇ ਇਹ ਪਰਚੇ ਦੇ ਵਿੱਚ ਹੋਣੇ ਚਾਹੀਦੇ। ਠੀਕ ਹੈ ਸਰ। ਇੱਕ ਨਾਰਲੇ ਝਗੜਾ ਆਇਆ ਹੈ ਜਿਹਦੇ ਵਿੱਚ ਇੱਕ ਵਿਅਕਤੀ ਵੱਲੋਂ ਆਪਣੇ ਗਵਾਂਢੀਆਂ 'ਤੇ ਜਿਹੜੀਆਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ, ਕੀ ਮਾਮਲਾ ਸਰ ਅਤੇ ਕੀ ਪਰਚਾ ਜਿਹੜਾ ਦਰਜ ਕੀਤਾ ਗਿਆ? ਇਹਨਾਂ ਦੋਵਾਂ ਜਿਹੜੇ ਦੋਵੇਂ ਧਿਰਾਂ ਦੀਆਂ ਗਾਂਢੀ ਗੁਆਂਢੀਆਂ, ਇਹਨਾਂ ਦਾ ਕੋਈ ਆਪਸ 'ਚ ਝਗੜਾ ਹੋਇਆ ਸੀ ਅਤੇ ਇਹਨਾਂ ਇੱਕ ਕੰਪਲੇਂਟ ਵੀ ਕੀਤੀ 112 'ਤੇ। ਸਾਡੀ ਪੁਲਿਸ ਪਾਰਟੀ ਜਦੋਂ ਗਈ, ਅੱਜ ਸਾਡੀ ਪੁਲਿਸ ਪਾਰਟੀ ਰਸਤੇ 'ਚ ਸੀ ਅਤੇ ਸਾਡੇ ਜਾਣ ਤੋਂ ਪਹਿਲਾਂ ਹੀ ਜਿਹੜਾ ਵਾ ਹਰਪਾਲ ਸਿੰਘ ਨੇ ਜਿਹੜੇ ਗੁਆਂਢੀਆਂ 'ਤੇ ਫਾਇਰ ਕਰਤਾ, ਅਤੇ ਇੱਕ ਉਹਦੇ ਲੜਕੇ ਨੇ ਫਾਇਰ ਕੀਤਾ, ਅਤੇ ਜਿਹੜਾ ਵਾ ਉਹਦੀ ਪਤਨੀ ਨੇ ਲਲਕਾਰਾ ਮਾਰਿਆ, ਅਤੇ ਇਹ ਜਿਹੜੇ ਮੁੜ ਕੇ ਫਾਇਰ ਕਰਨ ਤੋਂ ਬਾਅਦ ਮੌਕੇ ਤੋਂ ਭੱਜ ਕੇ ਮੁਕੱਦਮਾ ਦਰਜ ਕਰਤਾ ਵਾ ਅਤੇ 33 ਜਾਰੀ। ਸਰ, ਮੁਦਈ ਜਿਹੜੀ ਅਮਰਜੀਤ ਕੌਰ ਆ, ਉਹਦਾ ਕਹਿਣਾ ਹੈ ਵੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਗੋਲੀਆਂ ਚੱਲੀਆਂ ਅਤੇ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਵੀ ਉਹ ਹੱਥੋਂ ਪਾਈ ਹੋਏ ਆ, ਗੱਲ ਪਏ ਆ, ਉਹ ਕੋਈ ਸਰ ਸਾਹਮਣੇ? ਨਹੀਂ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਅਤੇ ਸਰ, ਮੁਲਜ਼ਮ ਨੂੰ ਫੜਨ ਲਈ ਕੋਈ ਛਾਪੇਮਾਰੀ ਵਗੈਰਾ ਕੀਤੀ ਜਾ? ਹਾਂ, ਮੁਲਜ਼ਮ ਦੇ ਅਸੀਂ ਕੱਲ੍ਹ ਲੋਕੇਸ਼ਨ ਲਾ ਕੇ ਉਹਦਾ ਪਿੱਛਾ ਕੀਤਾ ਸੀ, ਪਰ ਬਾਅਦ 'ਚੋਂ ਕਾਮਯਾਬ ਨਹੀਂ ਮਿਲੀ, ਅੱਜ ਵੀ ਰੇਡ ਕੀਤੇ ਜਾ ਰਹੇ ਰਿਸ਼ਤੇਦਾਰੀਆਂ ਦੇ। ਕਿਹੜੀ ਕਿਹੜੀ ਧਾਰਾ ਲਾ ਕੇ ਪਰਚਾ ਦਰਜ ਕੀਤਾ? ਧਾਰਾ 307, 506, 34, 25, 27, 56, 58। ਅਸਲੈਕਟਰ।
पंडित एम के शर्मा, फीस नहीं इनाम लवांगा, धोखा नहीं कम करांगा, माता रानी ने चाहिया तां खून दे हंजू नहीं आउण देवांगा, पंडित मौलवी तो विश्वास खो चुके एक बार जरूर अजमाओ, पंडित एम के शर्मा, प्रेमी प्रेमिका नूं मिलाउणा, सौतन दुश्मन तों छुटकारा, विदेश यात्रा च रुकावट, माता पिता नूं मनाउणा, एक बार मिलाओ फोन ते जरूर अजमाओ अपनी किस्मत, करो संपर्क 9793995956।